ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਇੰਦਰਜੀਤ ਸਿੰਘ, ਤੁਸੀਂ ਦੇਖ ਰਹੇ ਹੋ ਟੂਰਿਸਟ ਇੰਡੀਆ ਇੰਸਟਾਗ੍ਰਾਮ, ਫੇਸਬੁੱਕ ਅਤੇ ਯੂਟਿਊਬ ਚੈਨਲ। ਦੋਸਤੋ, ਅੱਜ ਗੱਲ ਕਰਾਂਗੇ ਡਿਲੇ ਰਿਜ਼ਲਟ ਬਾਰੇ। ਕੈਨੇਡਾ ਦੀਆਂ ਜਿਹੜੀਆਂ ਐਪਲੀਕੇਸ਼ਨਸ ਪੈਂਡਿੰਗ ਨੇ, ਜਿਨ੍ਹਾਂ ਦਾ ਰਿਜ਼ਲਟ ਨਹੀਂ ਆਇਆ, ਕਿ ਉਹਨਾਂ ਨੂੰ ਫਾਈਲ ਵਿਡਰਾਅ ਕਰ ਲੈਣੀ ਚਾਹੀਦੀ ਹੈ ਜਾਂ ਹਾਲੇ ਹੋਰ ਵੇਟ ਕਰਨੀ ਚਾਹੀਦੀ ਹੈ। ਸੋ ਇਹ ਸਾਰੇ ਟੋਪਿਕ ਦੀ ਆਪਾਂ ਅੱਜ ਖੁੱਲ੍ਹ ਕੇ ਗੱਲ ਕਰਾਂਗੇ। ਬੜੇ ਸਾਰੇ ਕਮੈਂਟ ਆਉਂਦੇ ਨੇ, ਬੜੇ ਸਾਰੇ ਵਟਸਐਪ ਮੈਸੇਜ ਲੋਕ ਸਾਨੂੰ ਕਰਦੇ ਨੇ, ਕਾਲਸ ਆਉਂਦੀ ਹੈ ਕਿ ਮੇਰੀ ਫਾਈਲ, ਕੋਈ ਕਹਿੰਦਾ ਸਤੰਬਰ 'ਚ ਲੱਗੀ ਸੀ, ਕੋਈ ਕਹਿੰਦਾ ਪਿਛਲੇ ਸਾਲ ਮੇਰੀ ਫਾਈਲ ਲੱਗੀ ਹੈ, ਕੋਈ ਕਹਿੰਦਾ ਨਵੰਬਰ 'ਚ ਫਾਈਲ ਆਈ ਹੈ, ਹੁਣ ਕੀ ਕਰੀਏ, ਰਿਜ਼ਲਟ ਆ ਨਹੀਂ ਰਹੇ, ਕੀ ਅਸੀਂ ਫਾਈਲ ਵਿਡਰਾਅ ਕਰ ਲਈਏ, ਕੀ ਅਸੀਂ ਵੇਟ ਕਰੀਏ। ਸੋ ਆਪਾਂ ਇਹ ਸਾਰੇ ਟੋਪਿਕ ਦੀ ਖੁੱਲ੍ਹ ਕੇ ਗੱਲ ਕਰਾਂਗੇ। ਦੋਸਤੋ, ਜਿਨ੍ਹਾਂ ਦੀਆਂ ਫਾਈਲਾਂ ਤਾਂ 1 ਸਾਲ ਤੋਂ ਜ਼ਿਆਦਾ ਪੁਰਾਣੀਆਂ ਹੋ ਚੁੱਕੀਆਂ ਨੇ, ਜਿਨ੍ਹਾਂ ਨੇ 2020 ਤੱਕ ਦੀ ਫਾਈਲ ਲਾਈ ਸੀਗੀ, ਹੈ ਨਾ, ਬੜੇ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੇ 2020 'ਚ ਲਾਈ ਸੀ, 2020 ਵੀ ਗਿਆ, 21 ਵੀ ਗਿਆ, 22 ਆ ਗਿਆ, ਉਹਨਾਂ ਨੂੰ ਤਾਂ ਜਿਹੜੀ ਫਾਈਲ ਆਪਣੀ ਵਿਡਰਾਅ ਕਰ ਲੈਣੀ ਚਾਹੀਦੀ ਹੈ, ਸਟੇਟ ਵੇ ਆਪਣੀ ਫਾਈਲ ਜਿਹੜੀ ਵਿਡਰਾਅ ਕਰ ਲੈਣੀ ਚਾਹੀਦੀ ਹੈ। ਕਾਰਨ ਕੀ ਹੈ? ਕਿਉਂਕਿ ਜਿਹੜਾ ਤੁਸੀਂ ਉਦੋਂ ਆਪਣੀ ਟਰੈਵਲ ਪਲਾਨ ਪਾਇਆ ਸੀ ਉਹ ਐਕਸਪਾਇਰ ਹੋ ਚੁੱਕਿਆ ਹੈਗਾ। ਜਿਹੜੇ ਤਾਂ ਸਪੋਂਸਰ 'ਤੇ ਨੇ, ਉਹ ਤਾਂ ਥੋੜ੍ਹੀ ਬਹੁਤ ਉਮੀਦ ਕਰ ਸਕਦੇ ਨੇ, ਜਿਹਨਾਂ ਨੇ ਹੋਟਲ ਬੁਕਿੰਗ 'ਤੇ ਪਾਈ ਸੀ ਉਹਨਾਂ ਦਾ ਜਿਹੜਾ ਮਕਸਦ ਹੀ ਖਤਮ ਹੋ ਚੁੱਕਿਆ। ਸੋ ਜਾਂ ਤਾਂ ਰਿਜ਼ਲਟ ਤੁਹਾਡਾ ਨਹੀਂ ਆਏਗਾ, ਜੇ ਆਏਗਾ ਤਾਂ ਨੈਗੇਟਿਵ ਹੀ ਆਏਗਾ, ਰਿਜੈਕਸ਼ਨ ਹੀ ਆਉਣੀ ਹੈ। ਉਸ ਨਾਲ ਵਧੀਆ ਗੱਲ ਹੈ ਕਿ ਤੁਸੀਂ ਆਪਦੀ ਫਾਈਲ ਨੂੰ ਵਿਡਰਾਅ ਕਰੋ ਅਤੇ ਦੁਬਾਰਾ ਤੋਂ ਲਾ ਲਓ। ਹੁਣ ਇਸ 'ਚ ਦਿੱਕਤ ਇਹ ਆ ਜਾਂਦੀ ਹੈ, ਬੜੇ ਸਾਰੇ ਲੋਕ ਸਾਨੂੰ ਕਹਿੰਦੇ ਨੇ ਕਿ ਅਸੀਂ ਆਪਦੇ ਪੈਸੇ ਲਾਏ ਹੋਏ ਨੇ, ਜਿਵੇਂ ਅਸੀਂ ਫੀਸ ਭਰੀ ਹੋਈ ਹੈ, ਕੰਸਲੇਟਰ ਨੂੰ ਫੀਸ ਦਿੱਤੀ ਹੋਈ ਹੈ, ਅਸੀਂ ਕਿਵੇਂ ਵਿਡਰਾਅ ਕਰ ਸਕਦੇ ਨੇ, ਅਸੀਂ ਕਿਸ ਤਰੀਕੇ ਨਾਲ ਫੜ ਫੜਾ ਕੇ ਪੈਸੇ ਆਪਦਾ ਵੀਜ਼ਾ ਅਪਲਾਈ ਕੀਤਾ ਸੀਗਾ, ਅਸੀਂ ਕੀ ਕਰੀਏ। ਦੇਖੋ, ਉਹਨਾਂ ਵਾਸਤੇ ਜਿਹੜੀ ਮੇਰੀ ਸੁਜੈਸ਼ਨ ਇਹ ਹੈ ਕਿ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਪੈਸਾ ਨਹੀਂ ਖਰਚ ਸਕਦੇ, ਫਿਰ ਤੁਹਾਨੂੰ ਵੇਟ ਕਰ ਲੈਣੀ ਚਾਹੀਦੀ ਹੈ, ਫਿਰ ਜੋ ਹੋਏਗਾ ਦੇਖੀ ਜਾਏਗੀ, ਜੋ ਰਿਜ਼ਲਟ ਆਏਗਾ ਫਿਰ ਤੁਸੀਂ ਜਿਹੜਾ ਹੈਗਾ ਪਰਮਾਤਮਾ 'ਤੇ ਛੱਡ ਦਿਓਗੇ, ਜੋ ਹੋਊਗਾ ਦੇਖੀ ਜਾਊਗੀ, ਫਿਰ ਤੁਸੀਂ ਵੇਟ ਕਰ ਸਕਦੇ ਹੋ। ਪਰ ਜੇ ਤੁਸੀਂ ਅਫੋਰਡ ਕਰਦੇ ਹੋ ਤਾਂ ਤੁਹਾਨੂੰ ਫਾਈਲ ਜਿਹੜੀ ਹੈਗੀ ਹੈ ਵਿਡਰਾਅ ਕਰਕੇ ਦੁਬਾਰੇ ਲਾ ਲੈਣੀ ਚਾਹੀਦੀ ਹੈ। ਜਿਹੜੇ ਸਤੰਬਰ ਤੋਂ ਬਾਅਦ ਦੀਆਂ ਫਾਈਲਾਂ ਨੇ, ਸਤੰਬਰ ਤੋਂ ਪਹਿਲਾਂ ਜਿੰਨੀਆਂ ਵੀ ਫਾਈਲਾਂ ਲੱਗੀਆਂ ਨੇ, ਉਹਨਾਂ ਨੂੰ ਇਹੀ ਸਲਾਹ ਹੈ ਕਿ ਆਪਣੀ ਫਾਈਲ ਵਿਡਰਾਅ ਕਰ ਲੈਣ ਅਤੇ ਦੁਬਾਰੇ ਤੋਂ ਲਾ ਲੈਣ। ਸਤੰਬਰ ਤੋਂ ਬਾਅਦ ਦੀਆਂ ਜਿੰਨੀਆਂ ਫਾਈਲਾਂ ਨੇ, ਹੈ ਨਾ, ਜਿਨ੍ਹਾਂ ਨੇ ਸਤੰਬਰ 'ਚ, 7 ਸਤੰਬਰ ਤੋਂ ਬਾਅਦ ਲੱਗੀਆਂ ਨੇ, ਅਕਤੂਬਰ, ਨਵੰਬਰ, ਦਸੰਬਰ 'ਚ ਫਾਈਲ ਲੱਗੀ ਹੈ, ਉਹ ਜਨਵਰੀ ਵੇਟ ਕਰ ਲੈਣ। ਜਨਵਰੀ ਦੇ ਵਿੱਚ ਰਿਜ਼ਲਟ ਆਉਣ ਦੀ ਜਿਹੜੀ ਹੈਗੀ ਹੈ ਪੂਰੀ ਉਮੀਦ ਹੈਗੀ ਹੈ, ਸੋ ਉਹ ਲੋਕ ਵੇਟ ਕਰ ਲੈਣ। ਇਸ ਤੋਂ ਪਹਿਲਾਂ ਜਿਨ੍ਹਾਂ ਦੀਆਂ ਸਤੰਬਰ ਤੋਂ ਪਹਿਲਾਂ ਦੀਆਂ ਫਾਈਲਾਂ ਲੱਗੀਆਂ ਹੋਈਆਂ ਨੇ, ਉਹ ਵਿਡਰਾਅ ਕਰਕੇ ਆਪਦਾ ਕੇਸ ਜਿਹੜਾ ਹੈਗਾ ਉਹ ਦੁਬਾਰੇ ਲਾ ਸਕਦੇ ਨੇ। ਇਹਦੇ ਵਿੱਚ ਇੱਕ ਗੱਲ ਹੋਰ ਐਡ ਕਰਨੀ ਜ਼ਰੂਰੀ ਹੈ, ਕਈ ਲੋਕ ਪੁੱਛਦੇ ਨੇ ਕਿ ਹੁਣ ਕਰੋਨਾ ਆ ਗਿਆ ਜੀ, ਹੁਣ ਕਰੋਨਾ ਦੀ ਰਫ਼ਤਾਰ ਵੱਧ ਗਈ ਹੈ, ਕੀ ਅੰਬੈਸੀ ਬੰਦ ਹੋ ਜਾਏਗੀ, ਕੀ ਫਲਾਈਟਾਂ ਬੈਨ ਹੋ ਜਾਣਗੀਆਂ? ਇਸ ਤਰ੍ਹਾਂ ਦਾ ਹਾਲੇ ਤੱਕ ਕੋਈ ਸਿਨੈਰੀਓ ਨਹੀਂ ਹੈਗਾ, ਕਿਉਂਕਿ ਜੇ ਅੰਬੈਸੀ ਬੰਦ ਹੋਣੀ ਹੋਏਗੀ ਤਾਂ ਸਭ ਤੋਂ ਪਹਿਲਾਂ ਕੈਨੇਡਾ ਨੇ ਫਲਾਈਟ ਬੈਨ ਕਰੂਗਾ, ਅਤੇ ਫਲਾਈਟ ਵੀ ਉਦੋਂ ਬੈਨ ਹੁੰਦੀ ਹੈ ਜੇ ਇੰਡੀਆ 'ਚ ਪ੍ਰੋਬਲਮ ਜ਼ਿਆਦਾ ਹੋਵੇ, ਕੈਨੇਡਾ 'ਚ ਪ੍ਰੋਬਲਮ ਘੱਟ ਹੋਵੇ, ਜਿਵੇਂ ਸੈਕਿੰਡ ਵੇਵ ਦੀ ਜਿਹੜਾ ਵੇਵ ਸੀ ਉਹਦਾ ਟਾਈਮ ਹੋਇਆ ਸੀਗਾ, ਇੰਡੀਆ ਦੇ ਵਿੱਚ ਜਿਹੜੀ ਫਲਾਈਟ ਕਰੋਨਾ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ, ਕੈਨੇਡਾ ਅਤੇ ਹੋਰ ਵਰਗ ਮੁਲਕਾਂ 'ਚ ਘੱਟ ਸੀਗੇ, ਫਿਰ ਦੂਜੇ ਮੁਲਕਾਂ ਨੇ ਬੈਨ ਕਰਤਾ ਸੀਗਾ, ਫਲਾਈਟਾਂ ਜਿਹੜੀਆਂ ਬੈਨ ਹੋ ਗਈਆਂ ਸੀਗੀਆਂ। ਬਟ ਹੁਣ ਸਥਿਤੀ ਉਲਟ ਹੈਗੀ ਆ, ਹੁਣ ਕੈਨੇਡਾ ਦੇ ਵਿੱਚ ਪਾਪੂਲੇਸ਼ਨ ਦੇ ਮੁਤਾਬਕ ਜਿਹੜੇ ਕੇਸ ਨੇ ਉਹ ਜ਼ਿਆਦਾ ਨੇ, ਉਹਦੇ ਮੁਤਾਬਕ ਪਾਪੂਲੇਸ਼ਨ ਦੇ ਮੁਤਾਬਕ ਇੰਡੀਆ ਦੇ ਵਿੱਚ ਜਿਹੜੇ ਕੇਸ ਨੇ ਉਹ ਘੱਟ ਨੇ, ਠੀਕ ਹੈ। ਸੋ ਤਾਂ ਕਰਕੇ ਕੋਈ ਹਾਲੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਕਿਸੇ ਤਰ੍ਹਾਂ ਦੀ, ਸੋ ਤੁਹਾਨੂੰ ਵਰੀ ਕਰਨ ਦੀ ਲੋੜ ਨਹੀਂ ਹੈਗੀ। ਦੂਜਾ ਇਹਦੇ ਵਿੱਚ ਇੱਕ ਚੀਜ਼ ਤੁਸੀਂ ਹੋਰ ਐਡ ਕਰ ਸਕਦੇ ਹੋ ਕਿ ਜੇਕਰ ਕੈਨੇਡਾ ਅੰਬੈਸੀ ਬੰਦ ਹੋਣੀ ਹੋਈ ਤਾਂ ਸਭ ਤੋਂ ਪਹਿਲਾਂ ਟਰੈਵਲ ਬੈਨ ਹੋਏਗਾ, ਕਿਉਂਕਿ ਤੁਹਾਡੇ ਵੀਜ਼ੇ ਲੱਗਣ ਨਾਲ ਕੋਈ ਰਿਸਕ ਨਹੀਂ ਹੈਗਾ। ਜਿਨ੍ਹਾਂ ਕੋਲ ਆਲਰੇਡੀ ਵੀਜ਼ਾ ਹੈਗਾ, ਲੱਖਾਂ ਹੀ ਬੰਦੇ ਇਸ ਤਰ੍ਹਾਂ ਦੇ ਜਿਹੜੇ ਕੈਨੇਡਾ ਦਾ ਵੀਜ਼ਾ ਲੈ ਕੇ ਬੈਠੇ ਨੇ, ਜਿਹੜੇ ਟਰੈਵਲ ਕਰਦੇ ਨੇ, ਸੋ ਜੇਕਰ ਇੰਡੀਆ ਤੋਂ ਕੈਨੇਡਾ ਨੂੰ ਖਤਰਾ ਹੋਵੇ ਤਾਂ ਸਭ ਤੋਂ ਪਹਿਲਾਂ ਟਰੈਵਲ ਬੈਨ ਹੋਏਗਾ, ਵੀ ਜਿਹੜੇ ਬੰਦੇ ਕੋਲ ਵੀਜ਼ਾ ਉਹ ਇੱਥੇ ਨਾ ਆ ਸਕਣ। ਜਦੋਂ ਕਿ ਹੁਣ ਤੱਕ ਟੂਰਿਸਟਾਂ ਨੂੰ ਕੋਈ ਬੈਨ ਨਹੀਂ, ਟੂਰਿਸਟ ਜਿਹੜੇ ਜਾ ਰਹੇ ਨੇ ਟਰੈਵਲ ਕਰ ਰਹੇ ਨੇ, ਸੋ ਕੋਈ ਇਹ ਥੋੜ੍ਹਾ ਡਰ ਜਿਹੜਾ ਬੇਬੁਨਿਆਦ ਹੈ ਫਿਲਹਾਲ। ਅੱਜ ਦੀ ਘੜੀ 'ਚ ਆਪਾਂ ਗੱਲ ਕਰੀਏ, ਅਗਲੇ 15 ਦਿਨ ਜੀ ਗੱਲ ਕਰੀਏ, 15 ਦਿਨਾਂ ਤੱਕ ਇਸ ਤਰ੍ਹਾਂ ਦਾ ਕੁਛ ਨਹੀਂ ਹੋਣ ਵਾਲਾ ਕਿ ਫਲਾਈਟਾਂ ਰੁਕ ਜਾਣਗੀਆਂ ਜਾਂ ਅੰਬੈਸੀ ਜਿਹੜੀ ਹੈਗੀ ਹੈ ਬੰਦ ਹੋ ਜਾਏਗੀ, ਕਿਉਂਕਿ ਹਾਲੇ ਜਿਹੜਾ ਹੈਗਾ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ, ਤਾਂ ਤੁਸੀਂ ਬਿਨਾਂ ਕਿਸੇ ਡਰ ਤੋਂ ਵੀਜ਼ਾ ਅਪਲਾਈ ਕਰ ਸਕਦੇ ਹੋ। ਹੁਣ ਜਿਹੜੇ ਵਰਕ ਪਰਮਿਟ ਵਾਲੇ ਨੇ ਉਹ ਕੀ ਕਰਨ? ਵਰਕ ਪਰਮਿਟ ਵਾਲਿਆਂ ਨੂੰ 2-2 ਸਾਲ ਹੋ ਚੁੱਕੇ ਨੇ ਫਾਈਲਾਂ ਲੱਗੀਆਂ ਨੂੰ, ਰਿਜ਼ਲਟ ਨਹੀਂ ਆਏ, ਉਹਨਾਂ ਨੂੰ ਵੇਟ ਕਰਨਾ ਚਾਹੀਦਾ, ਕਿਉਂਕਿ ਵਰਕ ਪਰਮਿਟ ਦੇ ਵਿੱਚ ਪੈਸਾ ਬਹੁਤ ਇਨਵੋਲਵ ਹੁੰਦਾ, LMI ਹੁੰਦੀ ਹੈ, ਤੁਸੀਂ ਫੀਸ ਭਰੀ ਹੁੰਦੀ ਹੈ, LMI ਦੀ ਫੀਸ ਪੇ ਕੀਤੀ ਹੁੰਦੀ ਹੈ। ਸੋ ਜਿਹੜੇ ਵਰਕ ਪਰਮਿਟ ਵਾਲੇ ਨੇ ਉਹ ਵੇਟ ਕਰਨ, ਉਹ ਆਪਣੀ ਫਾਈਲ ਫਿਲਹਾਲ ਵਿਡਰਾਅ ਨਾ ਕਰਨ, ਅਤੇ ਜਿਹੜੇ ਸਟੂਡੈਂਟ ਨੇ ਜਨਵਰੀ ਇਨਟੇਕ ਵਾਲੇ ਨੇ ਉਹ ਆਪਣਾ ਇਨਟੇਕ ਡੈਫਰ ਕਰ ਸਕਦੇ ਹੋ। ਜੇ ਹਾਲੇ ਵੇਟ ਕਰ ਲਓ, 20 ਤਰੀਕ ਤੱਕ ਤੁਸੀਂ ਵੇਟ ਕਰ ਸਕਦੇ ਹੋ, 25 ਤੱਕ ਵੇਟ ਕਰ ਸਕਦੇ ਹੋ, ਜੇ 25 ਤੱਕ ਵੀ ਜਨਵਰੀ ਇਨਟੇਕ ਦਾ ਰਿਜ਼ਲਟ ਨਹੀਂ ਆਉਂਦਾ ਤਾਂ ਤੁਹਾਨੂੰ ਆਪਣਾ ਜਿਹੜਾ ਇਨਟੇਕ ਹੈ ਉਹ ਡੈਫਰ ਕਰ ਲੈਣਾ ਚਾਹੀਦਾ। ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਐਡ ਕਰਨੀ ਚਾਹੁੰਦਾ, ਜਿਨ੍ਹਾਂ ਨੇ ਨਵੰਬਰ ਜਾਂ ਅਕਤੂਬਰ ਦੇ ਵਿੱਚ ਫਾਈਲ ਲਾਈ ਸੀ ਅਤੇ ਖਾਸ ਕਰਕੇ ਕ੍ਰਿਸਮਸ ਅਤੇ ਨਿਊ ਈਅਰ ਨੂੰ ਮੁੱਖ ਕਰਕੇ ਆਪਣੀ ਫਾਈਲ ਲਾਈ ਸੀ, ਉਹ ਵੀ ਪਰਪਸ ਜਿਹੜਾ ਹੈਗਾ ਨਿਕਲ ਚੁੱਕਿਆ ਹੈਗਾ ਉਹਨਾਂ ਲੋਕਾਂ
ਕਰ ਲੈਣੀ ਚਾਹੀਦੀ ਸੀਗੀ ਜਿਹਨਾਂ ਨੇ ਖਾਸ ਕਰਕੇ ਨਿਊ ਈਅਰ ਨੂੰ ਮੁੱਖ ਰੱਖ ਕੇ ਜਾਂ ਕ੍ਰਿਸਮਸ ਨੂੰ ਮੁੱਖ ਰੱਖ ਕੇ ਆਪਦੀ ਫਾਈਲ ਲਾਈ ਹੈ ਕਿ ਅਸੀਂ ਨਿਊ ਈਅਰ ਮਨਾਉਣ ਜਾਣਾ ਕ੍ਰਿਸਮਸ 'ਤੇ ਅਸੀਂ ਜਾਣਾ ਚਾਹੁੰਦੇ ਉਹਨਾਂ ਨੂੰ ਵੀ ਆਪਦੀ ਫਾਈਲ ਜਿਹੜੀ ਵਿਦਡਰਾ ਕਰਕੇ ਦੁਬਾਰਾ ਤੋਂ ਲਾ ਲੈਣੀ ਚਾਹੀਦੀ ਹੈ। ਸੋ ਦੋਸਤੋ ਉਮੀਦ ਕਰਦਾ ਤੁਹਾਨੂੰ ਮੇਰੀ ਜਾਣਕਾਰੀ ਵਧੀਆ ਲੱਗੀ ਹੋਵੇਗੀ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ, ਬੈਲ ਦਾ ਬਟਨ ਦਬਾਓ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।